कोरोना वायरस के चलते पंजाब सरकार के मुख्यमंत्री कैप्टन अमरिंदर सिंह जी और कैबिनेट मंत्री सहकारिता मंत्री सुखजिंदर सिंह रंधावा के दिशा निर्देशों तहत जिला नवांशहर के डिप्टी कमिश्नर श्री विनय बुबलानी द्वारा जिला नवांशहर की सभी सहकारिता सोसाइटी सभाओं में सरकार द्वारा निर्धारित दामों पर राशन मुहैया कराने के लिए कई गाड़ियों को भिन्न भिन्न गाँवों के लिए रवाना किया। ये सभी सभाएं लोगों को होम डिलीवरी करेंगी। इन सभी सभाओं में लोगों की जरूरत का सारा सामान थोक के दामों पर दिया जाएगा। नोवल कोरोना वायरस की महामारी तो जो सारे देश ग्रस्त हो चुके हैं, तकरीबन 192 कंट्रियां दे विच फैल चुके हैं। साढ़े जिस तरह मोदी साहब प्रधानमंत्री साहब उन्होंने समा रेंद्या ही है जो लॉकडाउन किया है, कर्फ्यू लगाया है जनता वास्ते, वो जनता की ही सहूलत है। क्योंकि असी देखिया कि बाहरलियां कंट्रियां जो साढ़े भारत नालों बहुत अमीर कंट्रियां, उन्होंने भी नोवल कोरोना वायरस ने जिहड़े हाथ खड़े करवा दिते है। साढ़े भारत दे विच कुछ सेहत सहूलतों की थोड़ी घाट है, इस करके मोदी साहब जी का जिहड़ा यह स्टैप है वो बहुत ही वधिया है। उस स्टैप अधीन आम जनता वास्ते जो जरूरी वस्तां करियाना मानयोग साडे मुख्यमंत्री पंजाब ਅਤੇ ਉਹਨਾਂ ਦੇ ਨਾਲ ਸਹਿਕਾਰਤਾ ਮੰਤਰੀ ਸਰਦਾਰ ਸੁਖਜਿੰਦਰ ਸਿੰਘ ਰੰਧਾਵਾ ਜੀ ਉਹਨਾਂ ਦੇ ਦਿਸ਼ਾ ਨਿਰਦੇਸ਼ਾਂ ਹੇਠ ਜੋ ਘਰ ਘਰ ਜ਼ਰੂਰੀ ਵਸਤਾਂ ਦੀ ਸਪਲਾਈ ਆ ਉਹ ਸਾਡੇ ਮਾਨਯੋਗ ਡਾਕਟਰ ਜਗਜੀਤ ਸਿੰਘ ਜੀ ਡਿਪਟੀ ਰਜਿਸਟਰ ਸਹਿਕਾਰੀ ਸਭਾਵਾਂ ਨਵਾਂਸ਼ਹਿਰ ਜੀ ਅਤੇ ਮਾਨਯੋਗ ਡੀਸੀ ਸਾਹਿਬ ਜੀ ਉਹਨਾਂ ਦੀ ਰਹਿਨਮਾਈ ਹੇਠ ਮਾਰਕੀਟ ਸੋਸਾਇਟੀ ਬੰਗਾ ਦੇ ਮੈਨੇਜਰ ਸਰਦਾਰ ਇਕਬਾਲ ਸਿੰਘ ਜੀ ਅਤੇ ਉਹਨਾਂ ਦੀ ਪੂਰੀ ਟੀਮ ਅਤੇ ਸਾਡੇ ਸਭਾਵਾਂ ਦੇ ਸੈਕਟਰੀ ਕੋਆਪਰੇਟਿਵ ਸੋਸਾਇਟੀ ਜਿਨ੍ਹਾਂ ਦੇ ਸੈਕਟਰੀ ਸਾਹਿਬਾਨ ਪਰਮਿੰਦਰ ਕਲੇਰਾਂ ਜੀ, ਪਰਮਿੰਦਰ ਚੱਕਵਰਦਾਂ ਜੀ ਅਤੇ ਜਨਕ ਬੰਦਾ ਆਪਣੇ ਜਸਵਿੰਦਰ ਝਿੰਗੜ ਜੀ ਅਤੇ ਸਾਡੇ ਕੋਆਪਰੇਟਿਵ ਮਹਿਕਮੇ ਦੇ ਇੰਸਪੈਕਟਰ ਸਾਹਿਬਾਨ ਸਾਰਿਆਂ ਦੀ ਸਮੂਹ ਟੀਮ ਜਿਹੜੀ ਹੈ ਰਲ ਕੇ ਆ ਘਰ ਘਰ ਲੋਕਾਂ ਨੂੰ ਡੋਰ ਟੂ ਡੋਰ ਕਰਿਆਨਾ ਜਿਹੜਾ ਥੋਕ ਦੇ ਰੇਟ ਨਾਲ ਜੋ ਜਿਸ ਰੇਟ ਨਾਲ ਆ ਰਿਹਾ ਔਰ ਸੀਮਿਤ ਮਾਰਜਨ ਰੱਖ ਕੇ ਕੁਝ ਕੁ ਚੀਜ਼ਾਂ ਦੇ ਵਿੱਚ ਉਹ ਜਿਹੜਾ ਲੋਕਾਂ ਦੇ ਘਰ ਘਰ ਤੱਕ ਇਹ ਗੱਡੀ ਜਾ ਰਹੀ ਹੈ ਔਰ ਜੋ ਰੋਜ਼ਮਰਾ ਦੀਆਂ ਚੀਜ਼ਾਂ ਆ ਉਹ ਅਸੀਂ ਉਹਨਾਂ ਨੂੰ ਪ੍ਰੋਵਾਈਡ ਕਰਿਆ ਕਰਿਆਨੇ ਦੀ ਸਪਲਾਈ ਹੋ ਰਹੀ ਆ ਔਰ ਜੋ ਲੋਕਡਾਊਨ ਹੈ ਉਹ ਵਧੀਆ ਢੰਗ ਦੇ ਨਾਲ ਅਸੀਂ ਉਸਦਾ ਸਰਕਾਰ ਦਾ ਸਾਥ ਦੇ ਰਹੇ ਹਾਂ ਤਾਂ ਕਿ ਜਿਹੜੀ ਆਮ ਜਨਤਾ ਉਹ ਕਰਫਿਊ ਦੌਰਾਨ ਬਾਹਰ ਜ਼ਰੂਰੀ ਵਸਤਾਂ ਦੇ ਲਈ ਨਾ ਭਟਕੇ। ਅਸੀਂ ਧੰਨਵਾਦ ਕਰਦੇ ਹਾਂ ਇਹਨਾਂ ਦੇ ਨਾਲ ਸਾਡੇ ਮੈਨੇਜਰ ਅਕਵਾਲ ਸਿੰਘ ਜੀ, ਕੋਆਪਰੇਟਿਵ ਸੋਸਾਇਟੀ ਮਾਰਕੀਟ ਸੋਸਾਇਟੀ ਜਿਹੜੀ ਬੰਗਾ ਆ ਉਹਨਾਂ ਦੀ ਸਰਵਿਸ ਬਹੁਤ ਵਧੀਆ ਔਰ 24 ਘੰਟੇ ਇਹਨਾਂ ਦੀ ਪੂਰੀ ਟੀਮ ਤਤਪਰ ਰਹਿੰਦੀ ਹੈ ਕਿ ਅਸੀਂ ਲੋਕਾਂ ਤੱਕ ਜ਼ਰੂਰੀ ਵਸਤਾਂ ਜਿਹੜੀਆਂ ਪਹੁੰਚਾ ਕੇ ਸਰਕਾਰ ਦਾ ਸਾਥ ਦੇਈਏ ਅਤੇ ਜਿਹੜੀ ਨੋਵਲ ਕੋਰੋਨਾ ਵਾਇਰਸ ਦੀ ਮਹਾਂਮਾਰੀ ਤੋਂ ਬਚਾਅ ਹੋ ਸਕੇ। ਧੰਨਵਾਦ। ਨਵਾਂਸ਼ਹਿਰ ਸੇ ਤੇਜ ਪ੍ਰਕਾਸ਼ ਖਾਸਾ ਕੀ ਰਿਪੋਰਟ।